ਜਾਂ ਪੰਜਾਬ ਦੇ ਸਾਰੇ ਪਾਣੀ ਚ ਰਾਜਧਾਨੀ ਪੰਜਾਬੀ ਬੋਲਣ ਵਾਸਤੇ ਤੇ ਜੇ ਉਸਨੇ ਹਕੂਮਤ ਦਿੱਤੀ ਤਾਂ ਸਭ ਤੋਂ ਅੱਛੀ ਦਿੱਤੀ ਕਮਿਊਨਲ ਹਾਰਮਨੀ ਤੇ ਪੀਸ ਉਹ ਲਿਆਂਦਾ ਤੇ ਡਿਵੈਲਪਮੈਂਟ ਰੱਜ ਕੇ ਕੀਤੀ ਔਰ ਯਾਦਗਾਰਾਂ ਵੀ ਪੁਰਾਣਾ ਇਤਿਹਾਸ ਵੀ ਉਹ ਵੀ ਲੋਕ ਨਵੀਂ ਜਨਰੇਸ਼ਨ ਵਾਸਤੇ ਜਾਣ ਜਿੰਨੇ ਕੰਮ ਅਕਾਲੀ ਦਲ ਦੀ ਸਰਕਾਰ ਚ ਹੋਏ ਹੈ ਉਹ ਕਿਸੇ ਵੀ ਕਦੇ ਵੀ ਕਿਸੇ ਇਸ ਵਾਰ ਬੀਜੇਪੀ ਦੇ ਨਾਲ ਅਲੱਗ ਹੋ ਕੇ ਲੜ ਰਹੇ ਸੀਗੇ ਜੀ ਕੀ ਲੱਗਿਆ 9 ਮਾਸ ਦਾ ਰਿਸ਼ਤਾ ਟੁੱਟ ਕੇ ਕੀ ਲੱਗਿਆ ਕਿ ਕੋਈ ਮਿਹਨਤ ਦੀ ਹੋਰ ਲੋੜ ਪਈ ਦੇਖੋ ਅਸੀਂ ਅਸੂਲ ਵਾਲੀ ਪਾਰਟੀ ਜਾਤੀ ਰਿਸ਼ਤੇ ਨਾਤੇ ਹੋਰ ਹੁੰਦੇ ਆ ਅਸੂਲ ਹੋਰ ਹੁੰਦਾ ਜਾਤੀ ਰਿਸ਼ਤੇ ਕਾਇਮ ਹੁੰਦੇ ਉਹਨਾਂ ਨਾਲ ਸੀ ਲੇਕਿਨ ਇੱਕ ਐਸਾ ਮਸਲਾ ਆ ਗਿਆ ਸੀ ਜਿਹੜਾ ਪੰਜਾਬ ਤੇ ਦੇਸ਼ ਤੇ ਅਸਰ ਕਰਦਾ ਸੀ ਅਸੀਂ ਹਮੇਸ਼ਾ ਅਸੂਲ ਤੇ ਖੜੇ ਰਹੇ ਹਾਂ ਸਾਨੂੰ ਮਹਿਸੂਸ ਕੀਤਾ ਉਹਨਾਂ ਮਾਤਾ ਉਹਨਾਂ ਨੂੰ ਵਧਾਈ ਦੇਣਾ ਬੀਬਾ ਸਿਮਰਤ ਕੌਰ ਨੇ ਵੀ ਅਸਤੀਫਾ ਦਿੱਤਾ ਤੇ ਸਿਰਫ ਦੋ ਵੋਟਾਂ ਕਾਨੂੰਨ ਬਣਾਉਣ ਦੇ ਖਿਲਾਫ ਪਈਆਂ ਸੁਖਬੀਰ ਦੀ ਤੇ ਹਰਸਿਮਰਤ ਦੀ ਇਸ ਵਾਰ ਜੀ ਇਨਸਾਨ ਦੀ ਇਲੈਕਸ਼ਨ ਲੜ ਰਿਹਾ ਜੀ ਕਿਸਾਨਾਂ ਨੂੰ ਕਿੱਡਾ ਵੱਡਾ ਚੈਲੰਜ ਦੇਖਦੇ ਹੋ